ਸਰੇ ਨੇ ਕਹਿੰਦੇ ਨੇ ਕਿ ਮੈਂ ਜਿਸ ਵੇ ਮਸਲਾ ਹੋਇਆ ਮੇਰੀਆਂ ਪੂੰਤੀਆਂ ਸਿਫਰ ਹੋਈਆਂ ਉਹਨਾਂ ਮੈਨੂੰ ਕਿਹਾ ਕਿ ਤੂੰ ਦੁਬਾਰਾ ਥਿਊਰੀ ਕਰਨੀ ਲੈਟਰ ਭੇਜਿਆ ਮੈਂ ਵਕੀਲ ਨਾਲ ਵੀ ਰਾਬਤਾ ਕੀਤਾ ਉਹ ਵੀ ਕੁਝ ਨਹੀਂ ਕਰ ਸਕਿਆ ਮੈਂ ਸਕੂਲ ਵਾਲਿਆਂ ਨੂੰ ਵੀ ਕਿਹਾ ਕਿ ਭਾਈ ਮੇਰਾ ਕੁਝ ਹੈਲਪ ਕਰੋ ਉਹ ਵੀ ਕਹਿੰਦੇ ਨੇ ਕਿ ਇਹਦਾ ਕੋਈ ਹੱਲ ਨਹੀਂ ਤੁਸੀਂ ਰਿਵਿਜ਼ਨ ਨਹੀਂ ਕਰੋ ਦੁਬਾਰਾ ਪੇਪਰ ਦਿਓ ਫਿਰ ਉਹਦੇ ਵਿੱਚ ਤਰੀਕਾ ਘਰ ਇੰਜ ਦੱਸ ਰਹੇ ਨੇ ਕਿ ਉਸ ਚਿੱਠੀ ਉਸ ਲੈਟਰ ਦੇ ਵਿੱਚ ਇੱਕ ਮਹੀਨਾ ਟਾਈਮ ਹੁੰਦਾ ਹੈ ਅਗਰ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਆਪਣੀ ਫਾਈਲ ਸਬਮਿਟ ਕਰਾ ਦਿੰਦੇ ਹੋ ਮੋਟਰੀਜ਼ਾ ਸਿਉਨੇ ਕਿ ਹਾਂ ਜੀ ਬਿਲਕੁਲ ਮੈਂ ਆ ਗਿਆ ਮੇਰੇ ਹੱਥ ਖੜੇ ਨੇ ਮੈਂ ਦੁਬਾਰਾ ਰਿਵੀਜ਼ਿਓਨੇ ਕਰਾਂਗਾ ਫਾਈਲ ਜਮਾ ਕਰਾ ਦੇਂਦੇ ਹੋ ਉਸ ਤੋਂ ਬਾਅਦ ਫਿਰ 1 ਸਾਲ ਤੁਹਾਡੇ ਕੋਲ ਟਾਈਮ ਹੈ 1 ਸਾਲ ਦੇ ਵਿੱਚ ਵਿੱਚ ਤੁਸੀਂ ਆਪਣਾ ਥਿਊਰੀ ਦਾ ਪੇਪਰ ਦੇ ਸਕਦੇ ਹੋ ਔਰ ਉਹ 1 ਸਾਲ ਤੁਸੀਂ ਗੱਡੀ ਨਹੀਂ ਚਲਾਓਗੇ ਤੁਹਾਡਾ ਲਾਇਸੈਂਸ ਸਟਾਪ ਰਹੇਗਾ ਤੁਹਾਡੇ ਕੋਲ ਹੀ ਰਹੇਗਾ ਲੇਕਿਨ ਸਟਾਪ ਰਹੇਗਾ ਸਸਪੈਂਸਿਓਨ ਇਹ ਅਸੀਂ ਨੂੰ ਕਹਿੰਦੇ ਆ ਇੰਗਲਿਸ਼ ਸਸਪੈਂਡ ਵੀ ਕਹਿੰਦੇ ਆ ਠੀਕ ਹੋ ਗਿਆ ਜੀ ਚਿੱਠੀ ਆਈ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਚਾਹੀਦਾ ਜਾ ਕੇ ਲੈਟਰ ਜਮਾ ਕਰਾ ਫਾਈਲ ਜਮਾ ਕਰਾ ਦੇਣੀ ਫਿਰ ਉਸ ਤੋਂ ਬਾਅਦ ਬਿਸ਼ੱਕ ਤਿਆਰੀ ਕਰਦੇ ਰਹੋ 2 ਮਹੀਨੇ 4 ਮਹੀਨੇ ਲੇਕਿਨ ਉਹਦੇ ਵਿੱਚ ਇੱਕ ਇਹ ਵੀ ਪ੍ਰੋਬਲਮ ਹੈਗੀ ਏ ਕਿ ਜਿਸ ਵਕਤ ਤੁਸੀਂ ਪੇਪਰ ਦੇਣ ਜਾਂਦੇ ਹੋ ਅਗਰ ਤੁਸੀਂ ਫੇਲ ਹੋ ਗਏ ਫਿਰ ਦੁਬਾਰਾ ਟਰਾਈ ਦਾ ਕੋਈ ਆਪਸ਼ਨ ਨਹੀਂ ਦੁਬਾਰਾ ਤੁਹਾਨੂੰ ਪੇਪਰ ਦੇਣ ਦੀ ਇਜਾਜ਼ਤ ਨਹੀਂ ਆਇਆ ਫਿਰ ਤੁਹਾਡਾ ਲਾਇਸੈਂਸ ਹੋ ਜਾਏਗਾ ਕੈਨਸਲ ਫਿਰ ਨਵੇਂ ਸਿਰੂ ਜਿਵੇਂ ਐ ਸਟੂਡੈਂਟ ਕਰ ਰਹੇ ਨੇ ਨਵੇਂ ਸਿਰੂ ਥਿਉਰੀ ਨਵੇਂ ਸਿਰੂ ਗੁਵਿਦੇ ਉਹ ਫਿਰ ਸਾਰਾ ਕੈਨਸਲ ਹੋ ਜਾਏਗਾ ਅਗਰ ਤੁਸੀਂ ਪਹਿਲੀ ਟ੍ਰਾਈ ਚ ਪਾਸ ਨਾ ਹੋਏ ਲੇਕਿਨ ਅਗਰ ਸਾਨੂੰ ਕਿਹਾ ਕਿ ਪਹਿਲੀ ਟ੍ਰਾਈ ਚ ਪਾਸ ਹੋਣ ਨਾਲ ਫਾਇਦਾ ਕੀ ਹੈ ਕਿਉਂਕਿ ਗੀਦੇ ਤੁਹਾਨੂੰ ਫੇਰ ਵੀ ਕਰਨੇ ਪੈਣੇ ਨੇ ਉਹ ਕਹਿੰਦੇ ਨੇ ਫਾਇਦਾ ਇਹ ਵੇ ਕਿ ਮੇਰਾ ਲਾਇਸੈਂਸ ਜਿੰਨਾ ਪੁਰਾਣਾ ਹੈ 17 ਸਾਲ ਉਹ ਮੇਰੀ ਵੈਲਿਡਿਟੀ ਡੇਟ ਵਿੱਚ ਰਹਿਣੀ ਹੈ ਇਹ ਲਾਇਸੈਂਸੀ ਮੇਰਾ ਕਾਬਲੇ ਇਸਤੇਮਾਲ ਹੋਣਾ ਹੈ ਨਵੀਆਂ ਫੋਟੋਆਂ ਨਹੀਂ ਮੰਨ ਦੇਣੀਆਂ ਪੈਣੀਆਂ ਤੇ ਦੂਸਰੀ ਗੱਲ ਇਹ ਦੱਸ ਰਹੇ ਨੇ ਕਿ ਅਗਰ ਸਾਨੂੰ ਲੈਟਰ ਆਂਦਾ ਹੈ ਕਿ ਭਾਈ ਜੀ ਤੁਹਾਡੀਆਂ ਪੁਆਇੰਟੀਆਂ ਜ਼ੀਰੋ ਹੋ ਗਈਆਂ ਦੁਬਾਰਾ ਥਿਊਰੀ ਕਰੋ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਆਂ ਪਾੜ ਕੇ ਸੁੱਟ ਇੱਕ ਮਹੀਨਾ ਗੁਜ਼ਰ ਗਿਆ ਉਸ ਡੇਟ ਨੂੰ ਲੈਟਰ ਤੇ ਆਣ ਤੋਂ ਇੱਕ ਮਹੀਨੇ ਤੱਕ ਵੀ ਅਸਾਂ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਔਰ ਅਸੀਂ ਮੋਟਰੀਜ਼ੇਸ਼ਨਿੰਗ ਨਹੀਂ ਗਏ ਨਾ ਉਹਨਾਂ ਦਾ ਰਾਬਤਾ ਕੀਤਾ ਤੇ ਇੱਕ ਮਹੀਨੇ ਤੋਂ ਬਾਅਦ ਫਿਰ ਆਟੋਮੈਟਿਕ ਹੀ ਲਾਇਸੈਂਸ ਬੇਕਾਰ ਹੋ ਜਾਏਗਾ ਕੈਨਸਲ ਹੋ ਜਾਏਗਾ